ਪੁਲਾਤ ਸਾਡਾ ਜਿਹਨੂੰ ਕਹਿੰਦੇ ਕਿ ਜਨਮ ਅਤੇ ਕਰਮ ਭੂਮੀ ਹੈ। ਮੈਂ ਕਿਤੇ ਹੀ ਚਲੇ ਜਾਵਾਂ ਪਰ ਮੇਰੇ ਦਿਲ ਵਿੱਚ ਹਮੇਸ਼ਾ ਪੁਲਾਤ ਦਾ ਜਿਹੜਾ ਪਿਆਰ ਅਤੇ ਸਤਿਕਾਰ ਰਹਿੰਦਾ, ਕਿਉਂਕਿ ਇਹਨਾਂ ਦੀ ਬਦੌਲਤ ਹੀ ਆ ਜੋ ਕੁਛ ਵੀ ਅੱਜ ਮੇਰੇ ਕੋਲ, ਜੋ ਸਾਡੇ ਕੋਲ, ਮੇਰੇ ਪਿਤਾ ਜੀ ਕੋਲ, ਸਾਡੇ ਪਰਿਵਾਰ ਦੇ ਕੋਲ, ਜੋ ਵੀ ਅੱਜ ਲੋਕਾਂ ਦਾ ਮਾਣ ਸਤਿਕਾਰ ਆ, ਉਹ ਹਲਕਾ ਪੁਲਾਤ ਦੀ ਬਦੌਲਤ ਹੈ, ਨੰਬਰ ਵਨ। ਨੰਬਰ ਟੂ, ਜਿਹੜੀ ਅਸੀਂ ਪੰਜਾਬੀ ਏਕਤਾ ਪਾਰਟੀ ਬਣਾਈ ਆ, ਇਹ ਜੋ ਮੁਸ਼ਕਲਾਂ ਦੇਖ ਰਹੇ ਅਸੀਂ ਪੰਜਾਬ ਦੇ, ਜੋ ਪਿਛਲੇ ਕੁਛ ਦਹਾਕਿਆਂ ਤੋਂ ਪੰਜਾਬ ਤਬਾਹੀ ਦੇ ਕੰਢੇ 'ਤੇ ਲੈ ਕੇ ਗਏ ਨੇ ਲੋਕ, ਉਹਨਾਂ ਭ੍ਰਿਸ਼ਟਾਚਾਰੀ ਅਤੇ ਕਰਪਟ ਸਿਸਟਮ ਤੋਂ ਨਜਾਤ ਦਵਾਉਣ ਵਾਸਤੇ ਅਸੀਂ ਇੱਕ ਪੰਜਾਬੀਆਂ ਦੀ ਸੈਕੂਲਰ ਸੋਚ ਵਾਲੀ ਪਾਰਟੀ, ਜਿਹਦੇ ਦਰਵਾਜ਼ੇ ਸਾਰੇ ਵਰਗਾਂ ਦੇ ਲੋਕਾਂ ਦੇ, ਹਰ ਜਿਹੜਾ ਹੈ ਨੌਜਵਾਨ ਲਈ, ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਲਈ, ਬਜ਼ੁਰਗਾਂ ਲਈ, ਪੜ੍ਹਿਆਂ ਲਿਖਿਆਂ ਲਈ, ਹਰ ਵਿਅਕਤੀ ਵਾਸਤੇ ਇਸ ਦਰਵਾਜ਼ੇ ਖੁੱਲ੍ਹੇ ਨੇ। ਔਰ ਅਸੀਂ ਚਾਹੁੰਦੇ ਹਾਂ ਕਿ ਆਪਣਾ ਸੂਬਾ ਜਿਹੜਾ ਹੈ ਉਹ ਇਸ ਅੱਜ ਦੇ ਜਿਹੜਾ ਜੋ ਮੁਸ਼ਕਲਾਂ ਚੁਣੌਤੀਆਂ ਨੇ ਉਹਨਾਂ 'ਚੋਂ ਅਸੀਂ ਬਾਹਰ ਕੱਢ ਕੇ ਲੈ ਕੇ ਜਾਈਏ। ਅੱਜ ਸੂਬੇ ਦੇ ਉੱਤੇ 2.5 ਲੱਖ ਕਰੋੜ ਦਾ ਕਰਜ਼ਾ ਵਾ, ਜਿਹਦੇ ਕਰਕੇ ਕੋਈ ਵੀ ਪੁਖਤਾ ਵਿਕਾਸ ਪੰਜਾਬ ਦੇ ਵਿੱਚ ਨਹੀਂ ਹੋ ਸਕ ਰਿਹਾ। ਅੱਜ ਕਿਸਾਨ ਅਤੇ ਖੇਤ ਮਜ਼ਦੂਰ ਆਤਮਹੱਤਿਆ ਕਰ ਰਹੇ ਨੇ, ਉਹਨਾਂ ਦਾ ਬਹੁਤ ਵੱਡਾ ਕਰਜ਼ਾ ਵਾ। ਲੱਖਾਂ ਦੀ ਤਾਦਾਦ ਵਿੱਚ ਸਾਡੇ ਬੱਚੇ ਬੇਰੁਜ਼ਗਾਰ ਨੇ, ਔਰ ਬੇਰੁਜ਼ਗਾਰੀ ਦੇ ਕਰਕੇ ਜਿਹੜਾ ਸਾਡਾ ਬਿਹਤਰੀਨ ਹਿਊਮਨ ਰਿਸੋਰਸ ਆ, ਪੜ੍ਹਿਆ ਲਿਖਿਆ ਵਰਗ ਆ, ਉਹ ਵਿਦੇਸ਼ਾਂ 'ਤੇ ਜਾਣ ਨੂੰ ਮਜਬੂਰ ਆ, ਵਿਦੇਸ਼ਾਂ 'ਚ ਖਤਰਨਾਕ ਹਾਲਾਤਾਂ ਵਿੱਚ ਜਾਂਦੇ ਨੇ, ਜੰਗਲਾਂ ਅਤੇ ਨਦੀਆਂ ਪਾਰ ਕਰਨੀਆਂ ਪੈਂਦੀਆਂ ਨੇ, ਲੱਖਾਂ ਰੁਪਏ ਉਹਨਾਂ ਦਾ ਟਰੈਵਲ ਏਜੰਟਸ ਜਿਹੜੇ ਨੇ ਉਹ ਇਹਨਾਂ ਲੋਕਾਂ ਦੇ ਕੋਲੋਂ ਇਹਨਾਂ ਦਾ ਖੁਰਦ ਬੁਰਦ ਕਰਦੇ ਨੇ, ਜਾਨਾਂ ਗਵਾਚਦੀਆਂ ਨੇ। ਨਡਾਲੇ ਪਿੰਡ ਦਾ ਇੱਕ ਹੋਣਹਾਰ ਬੱਚਾ ਸਾਡਾ ਪਿੱਛੇ, ਉਹ ਅਮਰੀਕਾ ਦੇ ਬਾਰਡਰ ਪਾਰ ਕਰਨ ਦੇ ਚੱਕਰ ਦੇ ਵਿੱਚ ਉਸ ਦੀ ਮੌਤ ਹੋਈ। ਔਰ ਇਸੇ ਤਰ੍ਹਾਂ ਹੀ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ ਉਹ ਸਿਖਰਾਂ 'ਤੇ ਆ, ਔਰ ਇਹ ਵੱਧ ਰਿਹਾ ਦਿਨੋਂ ਦਿਨ, ਘਟਣ ਦੀ ਬਜਾਏ ਦੁਨੀਆ ਅੱਗੇ ਜਾ ਰਹੀ ਆ, ਪੰਜਾਬ ਪਿੱਛੇ ਨੂੰ ਜਾ ਰਿਹਾ ਵਾ। ਸਾਡੇ ਵਪਾਰ ਦਾ ਹਾਲਾਤ ਅੱਛੇ ਨੇਗੇ, ਸਾਡੀ ਲੋਅ ਐਂਡ ਆਰਡਰ ਅੱਛੀ ਨੇਗੀ, ਲੋਅ ਐਂਡ ਆਰਡਰ ਪੁਲਿਸ ਜਿਹੜੀ ਪ੍ਰਮੁੱਖ ਤੌਰ 'ਤੇ ਲੋਕਾਂ ਦੀ ਹਿਫਾਜ਼ਤ ਕਰਨੀ ਆ, ਉਹ ਚੰਦ ਬੰਦਿਆਂ ਦੀ ਹਿਫਾਜ਼ਤ 'ਚ ਲੱਗੀ ਆ, ਬਾਕੀ ਸਾਰੀ ਜਨਤਾ ਜਿਹੜੀ ਆ ਉਸ ਨੂੰ ਉਹਦਾ ਸ਼ੋਸ਼ਣ ਹੋ ਰਿਹਾ ਵਾ। ਔਰ ਕਾਨੂੰਨ ਸਿਲੈਕਟਿਵਲੀ ਇੰਪਲੀਮੈਂਟ ਹੋ ਰਿਹਾ, ਅਮੀਰ ਵਾਸਤੇ ਹੋਰ ਕਾਨੂੰਨ ਆ, ਗਰੀਬ ਵਾਸਤੇ ਹੋਰ ਕਾਨੂੰਨ ਆ, ਇਹਨਾਂ ਸਾਰੀਆਂ ਉਨਤਾਈਆਂ, ਔਰ ਬਲਕਿ ਵੀਕਰ ਸੈਕਸ਼ਨਸ, ਬੈਕਵਰਡ ਕਲਾਸਿਸ, ਦਲਿਤ ਜਿਹੜੇ ਨੇ ਉਹਨਾਂ ਨੂੰ ਛੋਟੀਆਂ ਛੋਟੀਆਂ ਸਕੀਮਾਂ ਦੇ ਕੇ ਉਹਨਾਂ ਦੀ ਪੋਲੀਟੀਕਲ ਐਕਸਪਲੋਇਟੇਸ਼ਨ ਜਿੱਦਾਂ ਵੋਟ ਬੈਂਕ ਦੀ ਤਰ੍ਹਾਂ ਵਰਤਿਆ ਜਾ ਰਿਹਾ, ਜਾਂ ਉਹਨਾਂ ਦਾ ਜਿਹੜੇ ਅਸਲ ਅਧਿਕਾਰ ਨੇ ਗਰੀਬਾਂ ਦੇ, ਚੰਗੀ ਮਿਆਰੀ ਵਿੱਦਿਆ ਦਾ, ਚੰਗੀ ਸਿਹਤ ਪ੍ਰਣਾਲੀ ਦਾ, ਚੰਗੇ ਰੁਜ਼ਗਾਰ ਦਾ, ਔਰ ਸਭ ਤੋਂ ਵੱਡੀ ਗੱਲ ਹੈ ਅਫੋਰਡੇਬਲ ਹਾਊਸਿੰਗ। ਅੱਜ ਪੰਜਾਬ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਬੇਘਰੇ ਨੇ, ਜਿਨ੍ਹਾਂ ਦੇ ਕੋਲ ਇੱਕ ਛੱਤ ਵੀ ਨਹੀਂ ਹੈ, ਉਹਨਾਂ ਵਾਸਤੇ ਕਿਸੇ ਨੇ ਇਹ ਸਕੀਮਾਂ ਬਣਾਉਣ ਦੇ ਉਪਰਾਲੇ ਨਹੀਂ ਕੀਤੇ। ਤੋ ਇਹ ਸਾਰਾ ਵਾਤਾਵਰਨ ਦੇਖ ਕੇ, ਔਰ ਜੋ ਇੱਥੋਂ ਦੀਆਂ ਰਵਾਇਤੀ ਪਾਰਟੀਆਂ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਲੋਕਾਂ ਪ੍ਰਤੀ ਸੀ ਉਹਨੂੰ ਜਦੋਂ ਭੱਜ ਗਈਆਂ ਨੇ, ਉਸ ਸੂਬੇ ਦੀ ਸੇਵਾ ਦੇ ਵਾਸਤੇ ਅਸੀਂ ਇਕੱਠੇ ਹੋ ਕੇ ਇੱਕ ਹਮਲਾ ਮਾਰਿਆ ਵਾ ਅਤੇ ਪੰਜਾਬੀ ਏਕਤਾ ਪਾਰਟੀ ਨੂੰ ਖੜ੍ਹੇ ਕੀਤਾ। ਅਸੀਂ ਯਤਨ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਊਂਟੇਬਲ, ਟਰਾਂਸਪੇਰੈਂਟ, ਸਾਫ਼ ਸੁਥਰੀ ਰਾਜਨੀਤੀ ਨੂੰ ਇੱਕ ਅੰਜਾਮ ਦਿੱਤਾ ਜਾਵੇ, ਅਤੇ ਜਿਹੜੀਆਂ ਮੁਸ਼ਕਲਾਂ ਮੈਂ ਗਿਣਾਈਆਂ ਵਾਂ ਇਹਨਾਂ ਦਾ ਪੁਖਤਾ ਹੱਲ ਲੱਭ ਕੇ, ਕਿਉਂਕਿ ਸਾਰੀਆਂ ਗੱਲਾਂ ਦਾ ਹੱਲ ਬਹੁਤ ਛੇਤੀ ਨਹੀਂ ਦੱਸਿਆ ਜਾ ਸਕਦਾ। ਮੈਂ ਜਿੱਦਣ ਚੰਡੀਗੜ੍ਹ ਅਸੀਂ ਪਾਰਟੀ ਲਾਂਚ ਕੀਤੀ, ਉਦਣ ਅਸੀਂ 15 ਪ੍ਰੋਗਰਾਮਸ ਜਿਹੜੇ ਸੀ, 15 ਪੁਆਇੰਟਸ ਰੇਜ਼ ਕੀਤੇ, ਔਰ 15ਵਾਂ ਪੁਆਇੰਟ ਸਭ ਤੋਂ ਇੰਪੋਰਟੈਂਟ ਸੀਗਾ ਕਿ ਜੋ ਕੁਛ ਅਸੀਂ ਕਹਾਂਗੇ ਲੋਕਾਂ ਨੂੰ, ਆਮ ਤੌਰ 'ਤੇ ਪੋਲੀਟੀਕਲ ਪਾਰਟੀਆਂ ਵੱਡੇ ਵੱਡੇ ਮੈਨੀਫੈਸਟੋ ਬਣਾ ਕੇ ਵਾਅਦੇ ਕਰ ਜਾਂਦੀਆਂ, ਲੇਕਿਨ ਵੋਟਾਂ ਤੋਂ ਬਾਅਦ ਨਾ ਉਹ ਵਾਅਦਾ ਪੂਰਾ ਕਰਦੇ ਨੇ ਅਤੇ ਨਾ ਉਹ ਕੋਈ ਲੋਕਾਂ ਨੂੰ ਮੁੜ ਕੇ ਲੱਭਦੇ ਨੇ। ਇਸ ਲਈ ਆਪਣੇ ਆਪ ਨੂੰ ਪਹਿਲਾਂ ਲੋਕਾਂ ਦੀ ਕਚਹਿਰੀ ਵਿੱਚ ਅਕਾਊਂਟੇਬਲ ਹੋਲਡ ਕਰਨ ਲਈ ਸਭ ਤੋਂ ਵੱਡਾ ਜਿਹੜਾ 15ਵਾਂ ਪੁਆਇੰਟ ਸੀਗਾ, ਅਸੀਂ ਆਪਣੀ ਪਾਰਟੀ ਦੇ 2022 ਤੋਂ ਪਹਿਲਾਂ ਜਿਹੜਾ ਵਿਜ਼ਨ ਡਾਕੂਮੈਂਟ ਬਣਾਵਾਂਗੇ, ਰੋਡ ਮੈਪ ਬਣਾਵਾਂਗੇ, ਮੈਨੀਫੈਸਟੋ ਅਸੀਂ ਆਪ ਲਿਖਾਂਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਿ ਅਗਰ ਅਸੀਂ ਆਹ ਵਾਅਦੇ ਪੂਰੇ ਨਹੀਂ ਕਰਾਂਗੇ ਤਾਂ ਅਸੀਂ ਪਹਿਲਾਂ ਤੁਹਾਨੂੰ ਲਿਖ ਕੇ ਦੇ ਰਹੇ ਹਾਂ ਕਿ ਸਾਡੀ ਮਾਨਤਾ ਰੱਦ ਕਰ ਸਕਦੇ ਹੋ ਤੁਸੀਂ। ਦਿਸ ਇਜ਼ ਇਸ ਲਈ ਕਰਨਾ ਪੈ ਰਿਹਾ ਕਿਉਂਕਿ ਲੋਕਾਂ ਦਾ ਪੋਲੀਟੀਕਲ ਜਮਾਤ ਅਤੇ ਪੋਲੀਟੀਕਲ ਲੀਡਰਾਂ 'ਤੇ ਭਰੋਸਾ ਉੱਠ ਰਿਹਾ ਵਾ, ਔਰ ਅਸੀਂ ਇਸ ਮੈਨੀਫੈਸਟੋ ਨੂੰ ਲੀਗਲ ਸੀਕ੍ਰੇਟ ਡਾਕੂਮੈਂਟ, ਸਾਡਾ ਜਿੱਦਾਂ ਧਰਮ ਵਜੋਂ ਔਰ ਕਾਨੂੰਨੀ ਪੱਖ ਦੇ ਵਿੱਚ ਦਾਇਰੇ ਵਿੱਚ ਲਿਆ ਕੇ ਅਸੀਂ ਆਪਣੀ ਗੱਲਾਂ ਜਿਹੜੀਆਂ ਕਹਾਂਗੇ। ਔਰ ਮੈਨੂੰ ਪੂਰਨ ਆਸ ਹੈ ਕਿ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ 2 ਦਿਨ ਦਾ ਬਹੁਤ ਰਿਸਪੋਂਸ ਮਿਲਿਆ। ਵਰਲਡ ਵਾਈਡ ਪੰਜਾਬ ਦੇ ਲੋਕ ਖੁਸ਼ ਨੇ, ਖੁਸ਼ ਇਸ ਕਰਕੇ ਨੇ ਕਿਉਂਕਿ ਲੋਕ ਬੇਆਸ ਹੋ ਚੁੱਕੇ ਸੀਗੇ, ਫਰਸਟ੍ਰੇਟ, ਡਿਜੈਕਟ ਹੋ ਗਏ ਸੀ, ਹੋਪਲੈਸ ਹੋ ਗਏ ਸੀਗੇ, ਤਾਂ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਲੱਭੀ ਆ, ਲੱਭ ਰਹੀ ਆ, ਤਾਂ ਅਸੀਂ ਉਸ ਨੂੰ ਪੂਰਾ ਕਰਨ ਦਾ ਹਰ ਮੁਮਕਿਨ ਕੋਸ਼ਿਸ਼ ਕਰਾਂਗੇ। ਪੰਜਾਬੀ ਏਕਤਾ ਪਾਰਟੀ ਤੁਸੀਂ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ, ਫਿਰ ਉਸ ਤੋਂ ਅਗਲੇ ਪੜਾਅ ਦੇ ਵਿੱਚ ਅਸੀਂ, ਸਾਡੇ ਕੋਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਸੇ ਪਾਰਟੀ ਕੋਲ ਐਡਾ ਮਜ਼ਬੂਤ ਢਾਂਚਾ ਨਹੀਂ ਗਾ। ਸਾਡੇ ਕੋਲ ਤਕਰੀਬਨ 50 ਮੁਲਕਾਂ ਦੇ ਵਿੱਚ
ਜਿੱਥੇ ਪੰਜਾਬੀ ਬੈਠੇ ਨੇ ਉਹ ਸਾਡਾ ਓਵਰਸੀਜ਼ ਦਾ ਜਿਹੜਾ ਢਾਂਚਾ ਵਾ ਉਹ ਵੀ ਆਉਣ ਵਾਲੇ ਵਿਦ ਇਨ ਅਬਾਊਟ 1 ਵੀਕ ਅਸੀਂ ਰਿਲੀਜ਼ ਕਰਾਂਗੇ। ਇੱਕ ਪੋਲੀਟੀਕਲ ਅਫੇਅਰਸ ਕਮੇਟੀ ਬਣਾਵਾਂਗੇ ਜਿਹੜੀ ਫੈਸਲੇ ਲਿਆ ਕਰੇਗੀ ਲੋਕਤੰਤਰਿਕ ਤਰੀਕੇ ਨਾਲ, ਡੈਮੋਕਰੈਟਿਕ ਤਰੀਕੇ ਨਾਲ। ਔਰ ਇਸ ਦੇ ਨਾਲ ਨਾਲ ਕੁਛ ਵਿੰਗਸ ਬਣਾਵਾਂਗੇ ਪਾਰਟੀ ਦੇ, ਜਿਹਦੇ 'ਚ ਕਿਸਾਨ ਵਿੰਗ ਆ, ਜਿਹਦੇ 'ਚ ਯੂਥ ਵਿੰਗ ਆ, ਜਿਹਦੇ 'ਚ ਸਟੂਡੈਂਟ ਵਿੰਗ ਆ, ਜਿਹੜੇ ਬੱਚੇ ਪੜ੍ਹਦੇ ਨੇ ਕਾਲਜਾਂ ਸਕੂਲਾਂ ਵਿੱਚ, ਕਿਉਂਕਿ ਹੁਣ ਇਲੈਕਸ਼ਨਸ ਆ ਰਹੀਆਂ ਨੇ ਯੂਨੀਵਰਸਿਟੀਆਂ ਅਤੇ ਕਾਲਜਸ ਵਿੱਚ, ਉਹ ਵੀ ਬਣਾਵਾਂਗੇ। ਔਰ ਇੱਕ ਅਸੀਂ ਸ਼ਡਿਊਲ ਕਾਸਟ ਵਿੰਗ ਬਣਾਵਾਂਗੇ। ਇੰਨੇ ਵਿੰਗ ਬਣਾਉਣ ਤੋਂ ਬਾਅਦ ਸਾਡੇ ਸਪੋਕਸਪਰਸਨ ਹੋਣਗੇ ਜਿਹੜੇ ਟੈਲੀਵਿਜ਼ਨ ਔਰ ਮੀਡੀਆ ਦੇ ਨਾਲ ਇੰਟਰੈਕਟ ਕਰਨਗੇ। ਸੋ ਸਾਰਾ ਕੁਝ ਤਕਰੀਬਨ ਤਿਆਰ ਹੈ। ਅਤੇ ਤੁਸੀਂ ਜਿੱਦਾਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ, ਮੋਦੀ ਨੇ ਆ ਕੇ ਇੱਥੇ ਗੁਰਦਾਸਪੁਰ ਰੈਲੀ ਵੀ ਕੀਤੀ ਆ, ਤੁਸੀਂ ਆਪਣੇ ਜਿਹੜੇ ਕਿਹੜੀ ਕਿਹੜੀ ਪਾਰਟੀ ਨਾਲ ਅਲਾਇੰਸ ਕਰੋਗੇ ਲੋਕ ਸਭਾ? ਪਹਿਲਾਂ ਤਾਂ ਮੋਦੀ ਸਾਹਿਬ ਦਾ ਜਿਹੜਾ ਫੇਰੀ ਸੀ ਉਹ ਫੋਕੀ ਫੇਰੀ ਸੀ। ਪ੍ਰਾਈਮ ਮਿਨਿਸਟਰ ਜਦੋਂ ਕਿਤੇ ਜਾਂਦੇ ਨੇ ਲੋਕਾਂ ਨੂੰ ਉਮੀਦ ਹੁੰਦੀ ਆ ਕਿ ਸਾਡੇ ਸੂਬੇ ਵਾਸਤੇ ਕੋਈ ਕਿਸਾਨਾਂ ਵਾਸਤੇ ਪੈਕੇਜ ਦੇਣਗੇ, ਕੋਈ ਇੰਡਸਟਰੀ ਵਾਸਤੇ ਪੈਕੇਜ ਦੇਣਗੇ। ਗੁਰਦਾਸਪੁਰ ਦੇ ਵਿੱਚ ਹੀ ਬੈਠੇ ਜਦੋਂ ਤਕਰੀਰ ਕਰ ਰਹੇ ਸੀਗੇ ਤਾਂ ਉਹਨਾਂ ਦੇ ਲਾਗੇ ਧਾਰੀਵਾਲ ਦੀ ਬਹੁਤ ਪੁਰਾਣੀ ਇਤਿਹਾਸਿਕ ਫੈਕਟਰੀ ਮਿੱਲ ਬੰਦ ਪਈ ਆ, ਹਜ਼ਾਰਾਂ ਲੋਕ ਉੱਥੋਂ ਪਰਿਵਾਰ ਉੱਜੜ ਚੁੱਕੇ ਨੇ। ਔਰ ਗੁਆਂਢੀ ਸੂਬਿਆਂ ਦੇ ਜਿਹੜੇ ਹਿਲ ਸਟੇਟਸ ਆ, ਪਹਾੜੀ ਸੂਬੇ, ਉਹਨਾਂ ਨੂੰ ਕੇਂਦਰ ਦੀਆਂ ਸਰਕਾਰਾਂ ਨੇ ਬਹੁਤ ਵੱਡੀਆਂ ਛੋਟਾਂ ਦਿੱਤੀਆਂ, ਜਿਹਦੇ ਕਰਕੇ ਸਾਡਾ ਆਪਣਾ ਵਪਾਰ ਜਿਹੜਾ ਬਟਾਲੇ ਦਾ ਲੋਕਲ, ਜਿਹੜੇ 2,250 ਯੂਨਿਟਸ ਛੋਟੇ ਖਰਾਤ ਦੇ ਐਗਰੀਕਲਚਰ ਇੰਪਲੀਮੈਂਟਸ ਦੇ ਬੰਦ ਹੋਏ ਨੇ, ਗੁਰਾਇਆਂ ਉੱਜੜਿਆ ਪਿਆ ਵਾ, ਲੁਧਿਆਣੇ 'ਚ ਹੋਜ਼ਰੀ ਦੀ ਬੁਰੀ ਹਾਲਤ ਆ, ਸਪਿਨਿੰਗ ਯੂਨਿਟਸ ਮਾਲਵਾ ਵਿੱਚ ਉਹਨਾਂ ਦੀ ਬੁਰੀ ਹਾਲਤ ਆ। ਸੋ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਾਹੀਦਾ ਸੀ ਕੋਈ ਨਾ ਕੋਈ, ਅਗਰ ਅਸੀਂ ਪਹਾੜੀ ਸੂਬਿਆਂ ਨੂੰ ਸਹੂਲਤਾਂ ਦੇ ਸਕਦੇ ਤਾਂ ਉਹੀ ਸਹੂਲਤਾਂ ਪੰਜਾਬ ਨੂੰ ਵੀ ਦੇ ਦਿੰਦੇ, ਕਿਉਂਕਿ ਪੰਜਾਬ ਵੀ ਲੈਂਡਲੌਕ ਸਟੇਟ ਆ, ਪੰਜਾਬ ਇਸ ਦੇਸ਼ ਦੇ ਬਾਰਡਰ ਦੇ ਉੱਤੇ ਆ, ਸਾਡਾ ਬਾਰਡਰ ਬੰਦ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਸਾਡੇ ਕੋਲ ਕੋਈ ਪੋਰਟ ਨਹੀਂ ਗਾ। ਸੋ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ। ਔਰ ਦੂਸਰਾ, ਮੈਂ ਸਮਝਦਾ ਕਿ ਕਿਸਾਨਾਂ ਨੂੰ ਬਹੁਤ ਉਮੀਦ ਸੀ, ਕਿਸਾਨ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ, ਉਹਦਾ ਕਰਜ਼ਾ ਵਾ। ਅਗਰ ਮੋਦੀ ਸਾਹਿਬ 8 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ, ਬੈਂਕਾਂ ਦਾ ਮਾਫ਼ ਕਰ ਸਕਦੇ ਆ, ਤਾਂ ਆਈ ਐਮ ਵੈਰੀ ਸ਼ੋਰ ਕਿ 1 ਲੱਖ ਕਰੋੜ ਰੁਪਇਆ ਉਸ ਮੁਕਾਬਲੇ 'ਤੇ ਲੱਖਾਂ ਘਰਾਣਿਆਂ ਦਾ ਵਾ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੀ, ਪਰ ਉਹ ਨਹੀਂ ਦੇ ਸਕੇ। ਸੋ ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਅੱਜ ਹੀ ਸਾਡੀ ਪੰਜਾਬ ਡੈਮੋਕਰੈਟਿਕ ਅਲਾਇੰਸ ਦੀ ਮੀਟਿੰਗ ਆ ਜਲੰਧਰ, ਅਸੀਂ ਉਹਦੇ 'ਚ ਬੈਂਸ ਬ੍ਰਦਰਸ, ਪੰਜਾਬੀ ਏਕਤਾ ਪਾਰਟੀ, ਡਾਕਟਰ ਧਰਮਵੀਰ ਗਾਂਧੀ, ਬਹੁਜਨ ਸਮਾਜ ਪਾਰਟੀ ਚਰਚਾ ਕਰਾਂਗੇ ਔਰ ਰਣਨੀਤੀ ਬਣਾਵਾਂਗੇ ਆਗਾਮੀ ਲੋਕ ਸਭਾ ਦੀ ਇਲੈਕਸ਼ਨ ਵਾਸਤੇ। ਜਿਹੜਾ ਨਵਾਂ ਅਕਾਲੀ ਦਲ ਬਣਿਆ ਤਾਂ ਤੁਹਾਡੀ ਉਹਦੇ ਨਾਲ ਵੀ ਗੱਲਬਾਤ ਚੱਲਦੀ? ਹਾਂਜੀ, ਅੱਜ ਅਸੀਂ ਆਪਣਾ ਜਿਹੜਾ ਵਿਚਾਰ ਕਰਾਂਗੇ ਉਹਦੇ 'ਚ ਇਹ ਵੀ ਵਿਚਾਰ ਕਰਾਂਗੇ ਕਿ ਕੀ ਇਸ ਪੰਜਾਬ ਜਮਹੂਰੀ ਗੱਠਜੋੜ ਨੂੰ ਅੱਗੇ ਵਧਾ ਕੇ CPI CPM, ਕਿਉਂਕਿ ਉਹ ਵੀ ਚਾਹੁੰਦੇ ਨੇ ਇਸ ਗੱਠਜੋੜ ਵਿੱਚ ਸ਼ਾਮਿਲ ਹੋਣ ਲਈ, ਅਤੇ ਟਕਸਾਲੀ ਆਗੂਆਂ ਦੇ ਨਾਲ ਕੀ ਉਹਨਾਂ ਨਾਲ ਗੱਲਬਾਤ। ਮੈਂ ਪਾਰਟੀ ਆਮ ਆਦਮੀ ਪਾਰਟੀ, ਕਿਉਂਕਿ ਉਹ ਆਪਣੇ ਸਾਰੇ ਮੁੱਢਲੀ ਆਈਡੀਓਲੋਜੀ ਪ੍ਰਿੰਸੀਪਲਸ ਤੋਂ ਭਟਕ ਚੁੱਕੀ ਸੀ, ਤਾਂ ਮੈਂ ਉੱਥੋਂ ਉਹਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਜਿਹੜਾ ਭੁਲੱਥ ਦੀ ਨੁਮਾਇੰਦਗੀ ਆ ਉਹ ਮੈਨੂੰ ਭੁਲੱਥ ਦੇ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਵਾ, ਨਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਪ੍ਰਧਾਨ ਨੇ। ਅਗਰ ਇਹ ਗੱਲ ਸੀਗੀ ਤਾਂ ਫਿਰ ਆਮ ਆਦਮੀ ਨੇ 117 ਕੈਂਡੀਡੇਟ ਖੜ੍ਹੇ ਕੀਤੇ ਸੀ, ਕਿ ਜਿੱਤੇ ਤਾਂ ਸਿਰਫ 20 ਆ, 97 ਦੀ ਜ਼ਿੰਮੇਵਾਰੀ ਲੈ ਕੇ ਉਹ ਅਸਤੀਫਾ ਦੇਣਗੇ। ਇਸ ਲਈ ਮੈਂ ਇਸ ਗੱਲ ਨੂੰ ਨਹੀਂ ਸਵੀਕਾਰ ਕਰਦਾ, ਔਰ ਮੈਂ ਜੇ ਕਿਸੇ ਨੇ ਮੇਰੀ ਸ਼ਿਕਾਇਤ ਕਰਨੀ ਉਹ ਮੈਨੂੰ ਡਿਸਕੁਆਲੀਫਾਈ ਕਰਾ ਸਕਦੇ ਨੇ, ਪਰੰਤੂ ਮੈਂ ਭੁਲੱਥ ਦੇ ਲੋਕਾਂ ਨੇ ਜਿਹਨੂੰ ਮੈਨੂੰ ਮਾਣ ਦੇ ਕੇ ਮੈਨੂੰ MLA ਬਣਾਇਆ ਵਾ, ਮੈਂ ਇਹਨਾਂ ਨੂੰ ਕਦੀ ਵੀ ਨਹੀਂ ਛੱਡ ਸਕਦਾ। ਔਰ ਇਸ ਇਲਾਕੇ ਦੇ ਵਿੱਚ ਕਦੀ ਵੀ ਤੁਸੀਂ ਮਹਿਸੂਸ ਕਰੋਗੇ ਕਿ ਮੈਂ ਇਹਨਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ। ਅੱਜ ਵੀ ਅਸੀਂ ਨਡਾਲੇ, ਸਾਡੇ ਇੱਥੇ ਨਡਾਲੇ ਦਾ ਇੱਕ ਬਹੁਤ ਲੋਕਪ੍ਰਿਯ ਪਰਿਵਾਰ ਆ, ਅੱਜ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਬਿੰਦਰਾ ਰਾਣੀ ਜੀ, ਉਹਨਾਂ ਦਾ ਹੁਣੇ ਭੋਗ ਪਿਆ ਵਾ, ਮੈਂ ਉੱਥੇ ਅਸੀਂ ਸ਼ਾਮਿਲ ਹੋਏ ਹਾਂ। ਸੋ ਸਾਡਾ ਵੋਟਾਂ ਨਾਲੋਂ ਵੀ ਸਾਡਾ ਜਿਹੜਾ ਭੁਲੱਥ ਦੇ ਨਾਲ ਆ ਇੱਕ ਪਰਿਵਾਰਕ ਰਿਸ਼ਤਾ ਬਣ ਚੁੱਕਿਆ, ਅੱਧੀ ਸਦੀ ਸਾਡੇ ਪਰਿਵਾਰ ਨੂੰ ਇਸ ਇਲਾਕੇ ਦੇ ਵਿੱਚ ਵਿਚਰਦੇ ਹੋ ਗਏ, ਔਰ ਅਸੀਂ ਇਮਾਨਦਾਰੀ ਦੇ ਨਾਲ ਉਹਨਾਂ ਇਹਨਾਂ ਦੀ ਅਗਾਂਹ ਵੀ ਆਉਣ ਵਾਲੇ ਸਮੇਂ 'ਚ ਸੇਵਾ ਕਰਾਂਗੇ। ਥੈਂਕ ਯੂ, ਧੰਨਵਾਦ, ਸ਼ੁਕਰੀਆ ਜੀ।